ਤੁਸੀਂ ਸ਼ੇਰੇ ਪੰਜਾਬ ਦਾ ਜ਼ਿਕਰ ਕਰ ਰਹੇ ਸੀ। ਮੈਂ ਹਰ ਥਾਂ ਕਹਿੰਦਾ ਕਿਉਂਕਿ ਸਾਡੇ ਕੋਲ ਮਾਡਲ ਜਿਹਾ ਹੈ ਸਿੱਖ ਰਾਜਨੀਤੀ ਦਾ ਤੇ ਸ਼ੇਰੇ ਪੰਜਾਬ ਦਾ। ਸੁਲਤਾਨੇ ਕੁਲ ਕੌਮ ਸਰਦਾਰ ਜੱਸਾ ਸਿੰਘ ਆਹਲੋਵਾਲੀ ਨੂੰ ਖਿਤਾਬ ਮਿਲੇ। ਆਪ ਸਾਰੇ ਜਾਣਦੇ ਹੋ ਕਿ ਮਾਤਾ ਸੁੰਦਰੀ ਜੀ ਕੋਲ ਇਹ ਪੜ੍ਹਨੇ ਪਏ ਸਰਦਾਰ ਜੱਸਾ ਸਿੰਘ ਜੀ ਹੋਣੀ। ਇਹਨਾਂ ਦੇ ਪਿਤਾ ਜਿਹੜੇ ਸਨ ਉਹ ਉਹਨਾਂ ਦੀ ਮੌਤ ਹੋ ਚੁੱਕੀ ਸੀ। ਮਾਂ ਕੀਰਤਨ ਕਰਦੀ ਸੀ। ਆਹਲੋਵਾਲੀਆ ਸਰਦਾਰ ਬੱਚਾ ਮਾਤ ਸੁੰਦਰੀ ਜੀ ਕੋਲ ਦਿੱਲੀ ਲਿਆ ਕੀਰਤਨ ਸਿੱਖਿਆ। ਇਹਨੇ ਫਾਰਸੀ ਅਰਬੀ ਸਿੱਖੀ। ਜਦੋਂ ਇੱਥੋਂ ਗਿਆ ਤੇ ਇਹਨਾਂ ਨੇ ਉਸ ਵਕਤ ਕੀਰਤਨ ਕੀਤਾ ਤੇ ਨਵਾਬ ਕਪੂਰ ਸਿੰਘ ਸਨ ਉਹਨਾਂ ਨੇ ਕਿਹਾ ਇਹ ਬੱਚਾ ਸਾਨੂੰ ਦੇ ਦੇ। ਮਾਈ ਨੇ ਕਿਹਾ ਗਏ ਪੰਥ ਦਾ ਉਹਨਾਂ ਨੇ ਜੀ ਦੇ ਦਿੱਤਾ ਬੱਚਾ। ਪੜ੍ਹਿਆ ਸੀ ਜੀ ਉਹਨਾਂ ਨੇ ਸੇਵਾ ਪਤਾ ਕੀ ਲਾਈ ਘੋੜਿਆਂ ਦਾ ਦਾਣਾ ਪੜੋਪੇ 'ਚ ਮਿਣ ਕੇ ਵੰਡਣ ਦੇ। ਪੜੋਪੇ ਪਹਿਲਾਂ ਮਰਦੇ ਸਨ ਘਰਾਂ 'ਚ ਨਾ ਵੀ ਤੁਸੀਂ ਤੂੰ ਪੜ੍ਹਿਆ ਲਿਖਿਆ ਤੇ ਇਹਨਾਂ ਸਾਰੇ ਸਰਦਾਰਾਂ ਦੇ ਘੋੜਿਆਂ ਦਾ ਦਾਣਾ ਵੰਡਿਆ ਤਾ ਗਿਣਤੀ ਗਿਣਤੀ ਨਾਲ। ਹੁਣ ਇਹਦੇ ਵਿਚਾਰੇ ਦੀ ਪ੍ਰੋਬਲਮ ਸੀ ਕਿ ਦਿੱਲੀ ਪੜ੍ਹਿਆ ਸੀ ਇਹਨੇ ਫਾਰਸੀ ਅਰਬੀ ਹਿੰਦੀ ਨਾਲ ਬੋਲੇ ਹਮ ਕੋ ਤੁਮ ਕੋ। ਉਹਨਾਂ ਨੇ ਛੇ ਵੀ ਪਾਤੀ ਸਰਦਾਰਾਂ ਜਿੰਨੇ ਸਿੱਖ ਸਨ ਨਾਲੇ ਬੱਚਾ ਸੀ ਨਾਲੇ ਨੂੰ ਖਿਜਾਉਣਾ ਹਮ ਕੋ ਤੁਮ ਕੋ ਕਹਿਣ ਲੱਗ ਪਏ। ਇਹ ਨਿਆਣਾ ਖਿੱਚ ਗਿਆ ਜੱਸਾ ਸਿੰਘ। ਇਹਨੇ ਇੱਕ ਦਿਨ ਕਪੂਰ ਸਿੰਘ ਦੇ ਅੱਗੇ ਪੜੋਪਾ ਸੱਟਿਆ ਕਹਿੰਦਾ ਮੈਂ ਨਹੀਂ ਇਹਨਾਂ ਨੂੰ ਬਿਠਾਣੇ ਬਣਨੇ ਇਹ ਮੈਨੂੰ ਛੇੜਦੇ ਨੇ ਮੈਨੂੰ ਮੇਰੇ ਮੇਰਾ ਮਜ਼ਾਕ ਬਣਾਉਂਦੇ ਨੇ ਮੇਰੀ ਛੇੜ ਬਣਾਈਏ ਮੈਨੂੰ ਹਮ ਕੋ ਤੁਮ ਕੋ ਕਹਿੰਦੇ ਮੈਂ ਨਹੀਂ ਬਣਨਾ ਮੈਂ ਚੱਲਾਂ ਵਾਂ। ਕਪੂਰ ਸਿੰਘ ਨੇ ਨਾ ਘੁੱਟ ਕੇ ਸੀਨੇ ਨਾਲ ਲਾ ਕੇ ਕਹਿੰਦਾ ਸੋਹਣੇ ਜੱਸਾ ਸਿੰਘ ਮੈਂ ਅਨਪੜ੍ਹ ਹਾਂ ਮੈਂ ਘੋੜਿਆਂ ਦੀ ਲਿੱਡ ਤੁਰਨਾ ਇਹਨਾਂ ਦਾ ਗੁੱਸਾ ਨਾ ਕਰੀ ਇਹ ਬੜੇ ਕਿਰਪਾਲੂ ਨਹੀਂ ਸਿੱਖ ਮੇਰੇ ਵਰਗੇ ਅਨਪੜ੍ਹ ਨੂੰ ਜੇ ਨਵਾਬ ਬਣਾ ਸਕਦੇ ਨੇ ਤੂੰ ਪੜ੍ਹਿਆ ਤੈਨੂੰ ਇੱਕ ਦਿਨ ਪਾਤਸ਼ਾਹ ਜ਼ਰੂਰ ਬਣਾ। ਫਿਰ ਜੱਸਾ ਸਿੰਘ ਆਹਲੋਵਾਲੀ ਹੈ ਯਾਦ ਰੱਖਿਓ ਰਣਜੀਤ ਸਿੰਘ ਤੋਂ ਵੱਧ ਪਿਆਰ ਉਹਨੇ ਲਿਆ ਕੌਮ ਦਾ ਕਿਉਂਕਿ ਰਣਜੀਤ ਸਿੰਘ ਵੇਲੇ ਸਤਲੁਜ ਤੋਂ ਕੁਰਲੀਆਂ ਰਿਆਸਤਾਂ ਨਹੀਂ ਸਨ ਮਿਲੀਆਂ ਵਿੱਚ ਨਹੀਂ ਪਟਿਆਲਾ ਨਹੀਂ ਵਿੱਚ ਰਲਿਆ ਨਾਭਾ ਨਹੀਂ ਰਲਿਆ। ਬਦਕਿਸਮਤੀ ਹੈ ਜੇ ਕਿਤੇ ਇਹ ਹੁੰਦੇ ਤੇ ਸ਼ਾਇਦ ਪੰਜਾਬ ਦਾ ਨਕਸ਼ਾ ਹੋਰ ਪੰਜਾਬ ਕਦੀ ਇਹਦਾ ਹਿੱਸਾ ਥੋੜ੍ਹਾ ਰਿਹਾ ਭਾਰਤ ਉਹਦੀ ਵੱਖਰੀ ਸੀ। ਇਸੇ ਕਰਕੇ ਸ਼ਾਹ ਮੁਹੰਮਦ ਨੇ ਕਿਹਾ ਜੰਗ ਹਿੰਦ ਪੰਜਾਬ ਦਾ ਹੋਣ ਲੱਗਾ। ਵੇਖੋ ਉਹਨੇ ਦੋ ਸ਼ਬਦ ਵਰਤਿਆ ਹਿੰਦ ਤੇ ਪੰਜਾਬ। ਹਿੰਦੁਸਤਾਨ ਵੱਖਰਾ ਸੀ ਪੰਜਾਬ ਵੱਖਰਾ ਸੀ। ਉਹਨੇ ਕਿਹਾ ਤੈਨੂੰ ਸੁਲਤਾਨ ਬਣਾ ਦੇਣਗੇ ਸੱਚੀ ਉੱਚੀ ਉਹਨੂੰ ਸੁਲਤਾਨ ਨੇ ਕੌਮ ਬਣਾਇਆ। ਮਹਾਰਾਜਾ ਰਣਜੀਤ ਸਿੰਘ ਸਾਡੇ ਕੋਲ ਮਾਡਲ ਹੈ ਹੋਰ ਕੋਈ ਨਹੀਂ। ਨਵਾਬੀ ਹੈ ਮਿਸਲਾ ਹੈ ਚੌਧਰ ਹੈ ਪਰ ਜੇ ਤੁਸੀਂ ਗਲੋਬਲ ਪੱਧਰ ਤੇ ਰਾਜ ਭਾਗ ਦੀ ਗੱਲ ਕਰੋਗੇ ਤਾਂ ਰਣਜੀਤ ਸਿੰਘ ਨੂੰ ਸਾਹਮਣੇ ਰੱਖਣਾ ਪੈਣਾ। ਹੁਣ ਦੇਖੋ ਤੁਸੀਂ ਇੱਥੇ ਸਟੈਚੂ ਲਾਇਆ ਉਹਦਾ ਇੱਥੇ ਨਾਲ ਕੀ ਸੰਬੰਧ ਇਸ ਧਰਤੀ ਨਾਲ। ਇੱਥੇ ਰਾਜ ਥੋੜ੍ਹਾ ਸਿੱਖਦਾ ਲੇਹ ਦੱਖਣ ਪਰ ਭਾਵੇਂ ਉਹ ਕਿਤੇ ਵੀ ਉਹਨੇ ਰਾਜ ਕੀਤਾ ਉਹਦਾ ਕੀਤਾ ਆਪਣਾ ਪਰ ਜਿਹੜਾ ਉਹਦਾ ਮਾਡਲ ਹੈ ਨਾ ਉਹਨੂੰ ਪੂਰਾ ਸੰਸਾਰ ਸਵੀਕਾਰ ਕਰੇ। ਮੈਂ ਸਿਰਫ ਬੇਨਤੀ ਕਰਨ ਲੱਗਾ ਸਮਾਪਤੀ ਇਹਦੇ 'ਤੇ ਉੱਥੇ ਵੀ ਪ੍ਰੋਬਲਮ ਆਈ ਜਦੋਂ ਸੁੱਖ ਆਇਆ ਸੁੱਖ ਵਿੱਚ ਰੱਬ ਭੁੱਲਿਆ ਅਤੇ ਤਬਾਹੀ ਸ਼ੁਰੂ ਹੋ ਗਈ। ਪ੍ਰੋਬਲਮ ਉੱਥੇ ਵੀ ਹੋਈ ਉਹ ਯਾਰੋ 40 ਸਾਲ ਦਾ ਰਾਜ 18 ਸਾਲਾਂ 'ਚ ਕਰਕੇ ਕਿਉਂਕਿ ਹਕੂਮਤ ਨੂੰ ਵੇਖ ਕੇ ਸਾਰਿਆਂ ਨੇ ਗਾਲੀਆਂ ਰੱਖ ਲਈਆਂ ਸਨ ਪੱਗਾਂ ਸਾਰਿਆਂ ਨੇ ਬੰਨ ਲਈਆਂ ਪਰ ਅੰਦਰੋਂ ਬੇਈਮਾਨ ਸਨ ਠਿੱਬੀ ਲਾਉਣ ਵਾਸਤੇ ਤਿਆਰ ਬੈਠੇ ਸਨ। ਮੈਂ ਉਸ ਦਿਨ ਵੀ ਕਿਹਾ ਸ਼ਾਇਦ ਠੀਕ ਹੈ ਸ਼ਾਮ ਸਿੰਘ ਅਟਾਰੀ ਡਿੱਗਾ ਸਭਰਾਵਾਂ ਮੈਂ ਜਾਣਾ ਉੱਥੇ ਉਹਨੇ ਕਿਹਾ ਸੀ ਮੈਂ ਤੁਹਾਡੇ ਕੋਲ ਹੀ ਗਿਆ। ਜਦੋਂ ਸ਼ੇਰ ਪੰਜਾਬ ਬਣਦਾ ਹੈ ਸੁਲਤਾਨ ਬਣਦਾ ਹੈ ਇਹਦਾ ਚਿਹਰਾ ਜ਼ਿਆਦਾ ਸੋਹਣਾ ਨਹੀਂ ਸੀ। ਮਹਾਰਾਜਾ ਰਣਜੀਤ ਸਿੰਘ ਦਾ ਚਿਹਰਾ ਜਿਹੜਾ ਇੰਨਾ ਸੋਹਣਾ ਨਹੀਂ ਸੀ। ਗੁਰੂਆਂ ਨੇ ਜਦੋਂ ਬਣਾਇਆ ਇਹ ਕੱਖ ਸੀ ਅਤੇ ਰੋਹ ਮਿਲਣਾ ਸੀ ਫਕੀਰ ਅਜ਼ੀਜ਼ੁਦੀਨ ਸ਼ਿਮਲੇ ਗਿਆ ਜਦੋਂ ਸੰਧੀ ਹੁੰਦੀ ਅਤੇ ਗੋਰਿਆਂ ਨੇ ਪੁੱਛ ਲਿਆ ਕਿ ਰਣਜੀਤ ਸਿੰਘ ਦੀ ਅੱਖ ਕਿਹੜੀ ਕਾਣੀ ਹੈ ਉਹਨੇ ਕਿਹਾ ਮੈਂ ਕਦੀ ਅੱਖ ਭਰ ਕੇ ਮਹਾਰਾਜਾ ਸਾਹਿਬ ਦਾ ਚਿਹਰਾ ਹੀ ਨਹੀਂ ਦੇਖਿਆ ਦਮ ਦੇਖੋ ਬੰਦੇ। ਮੈਂ ਤਾਂ ਉਸ ਬੇਨਤੀ ਕਰਨ ਲੱਗਾ ਸੋ ਜਿਹੜੇ ਪਾਕਿਸਤਾਨ ਗਏ ਆ ਜਿੰਨਾ ਲਗਾਓ ਤੁਹਾਡੇ 'ਚ ਗਏ ਹੋਏ ਕੋਈ ਜਿਹਦਾ ਸੁਲਤਾਨ ਦੀਵਾਨੇ ਖਾਸ ਹੈ ਤੁਹਾਨੂੰ ਪਤਾ ਹਾਥੀ ਪੌੜੀਆਂ 'ਤੇ ਚੜ੍ਹ ਕੇ ਜਾਂਦਾ ਸੀ ਉੱਥੇ ਹਾਥੀ ਪੌੜੀਆਂ ਨੇ ਉਹਦੇ 'ਚ ਬੈਠਾ ਮਹਾਰਾਜਾ ਉੱਥੇ ਜਾਂਦਾ ਸੀ। ਉਹਨੇ ਆਪਣੀ ਜ਼ਿੰਦਗੀ 'ਚ
ਕਦੀ ਵੀ ਤਖਤ ਨਹੀਂ ਲਾਇਆ, ਸਿੰਘਾਸਨ ਨਹੀਂ ਲਾਇਆ। ਜਦੋਂ ਰਣਜੀਤ ਸਿੰਘ ਬਹਿੰਦਾ ਸੀ ਉਦੋਂ ਕੁਰਸੀ ਉੱਤੇ ਬਹਿੰਦਾ ਹੁੰਦਾ ਸੀ। ਤੁਸੀਂ ਉਹਨਾਂ ਦੀਆਂ ਪੁਰਾਤਨ ਫੋਟੋਆਂ ਦੇਖੋ, ਮੁਗਲ ਰਾਜ ਪਿੱਛੇ ਲੱਗੇ ਹੁੰਦੇ ਨੇ ਸਰਾਣੇ, ਇੱਧਰ ਸਰਾਣੇ, ਇਸ ਤਰ੍ਹਾਂ ਚੌੜ ਹੋ ਰਹੀ ਹੈ। ਛੇਵੇਂ ਪੰਜਾਬ ਕੁਰਸੀ 'ਤੇ ਬਹਿੰਦਾ ਸੀ, ਉਹ ਕੁਰਸੀ ਲੰਡਨ ਪਈ ਹੋਈ। ਮੈਂ ਕੁਰਸੀ ਦੇਖੀ ਹੈ ਜੀ, ਉਹ ਕੁਰਸੀ ਜਿਵੇਂ ਮੂੜਾ ਨਹੀਂ ਹੁੰਦਾ, ਇਹ ਪਿੱਛੇ ਉਹਦੇ ਕੋਈ ਢੋ ਨਹੀਂ, ਤਿੰਨ ਪਾਸਿਆਂ 'ਤੇ ਸਰਾਣੀਆਂ ਪਈਆਂ ਨੇ ਲਾਲ ਰੰਗ ਦੇ ਕੱਪੜੇ ਦੀਆਂ ਸ਼ਰੀਰ ਦੀਆਂ, ਰੇਸ਼ਮ ਦੀਆਂ ਡੋਰਾਂ ਨੂੰ ਬੱਜੀਆਂ ਨੇ, ਸੋਨੇ 'ਚ ਮੜੀ ਗਏ ਅਤੇ ਕੀਮਤੀ ਨਿੱਕੇ ਨਿੱਕੇ ਲੱਕ ਲੱਗੇ। ਸ਼ੇਰੇ ਪੰਜਾਬ ਦੀ ਕੁਰਸੀ ਤਿਆਰ ਹੋਈ, ਉਹ ਕਦੀ ਤਖ਼ਤ 'ਤੇ ਨਹੀਂ ਬੈਠਾ। ਹਾਂ, ਅੰਮ੍ਰਿਤਸਰ ਇੱਕ ਵਾਰੀ ਉਹਦੇ ਸਿਰ 'ਤੇ ਚਾਂਦੀ ਲੱਗੀ ਸੀ, ਜਿਹੜੀ ਹੈਦਰਾਬਾਦ ਦੇ ਨਿਜ਼ਾਮ ਨੇ ਦਿੱਤੀ ਸੀ, ਜਿਹੜੀ 84 ਵਿੱਚ ਸੜ ਕੇ ਰਾਤ ਦਾ ਢੇਰ ਹੋ ਗਈ। ਉਹ ਚਾਂਦੀ ਰਾਮਬਾਗ ਸਿਰ 'ਤੇ ਲੱਗੀ, ਮਹਾਰਾਜੇ ਨੇ ਕਿਹਾ ਉਤਾਰ ਦੇਵੇ, ਇਹ ਚਾਂਦੀ ਗੁਰੂ ਰਾਮਦਾਸ ਦੇ ਸਿਰ 'ਤੇ ਚੰਗੀ ਲੱਗਦੀ। ਉਹ ਚਲੋਹਾ ਲੈ ਕੇ ਆਇਆ ਚਾਂਦੀ, ਅਕਾਲ ਤਖ਼ਤ ਸਾਹਿਬ 'ਤੇ ਕਿਹਾ ਗਿਆ ਤੈਨੂੰ ਸਜ਼ਾ ਲੱਗੇਗੀ, ਜੇ ਗੁਰੂ ਨੂੰ ਭੇਟ ਕਰਨੀ ਸੀ ਆਪਣੇ ਸਿਰ 'ਤੇ ਕਿਉਂ ਲਾਈ। ਰਣਜੀਤ ਸਿੰਘ ਨੂੰ ਜਿਹੜੀ ਕੀਮਤੀ ਚੀਜ਼ ਮਿਲਦੀ ਸੀ ਉਹ ਕਹਿੰਦਾ ਸੀ ਗੁਰੂ ਰਾਮਦਾਸ ਦੇ ਘਰ 'ਚ ਲੈ ਜਾਓ, ਅੱਧ ਵੱਧ ਕਿਸਮ ਦੀ ਜਿਹੜੀ ਚੰਗੀ ਚੀਜ਼ ਰਣਜੀਤ ਸਿੰਘ ਘਰ ਲੈ ਕੇ ਪੁੱਜਾ। ਉਹਦੀ ਕੁਰਸੀ ਜਿੱਦਣ ਬਣੀ, ਕਰਮ ਸਿੰਘ ਅਸਟੋਰੀਅਨ ਦੀ ਬਹੁ ਮੁੱਲੇ ਇਤਿਹਾਸ ਕਿਤਾਬ 'ਚੋਂ ਕਹਿੰਦਾ, ਕਾਰੀਗਰ ਕੁਰਸੀ ਬਣਾਉਣ ਲੱਗਾ, ਕਹਿੰਦਾ ਵੀ ਕੁਰਸੀ 'ਤੇ ਬਹਿ ਜਾਂਦਾ ਪਰ ਕੁਰਸੀ ਦੀ ਫਿਟਿੰਗ ਇਸ ਢੰਗ ਦੇ ਕਰੀ, ਜਦੋਂ ਮੈਂ ਲਾਹੌਰ ਬੈਠਾ ਹੁੰਦਾ ਕੁਰਸੀ 'ਤੇ ਬਹਿਣ ਲੱਗਾ, ਇਹਦਾ ਮੂੰਹ ਆਟੋਮੈਟਿਕਲੀ ਅੰਮ੍ਰਿਤਸਰ ਵੱਲ ਹੋ ਜਾਏ, ਕਿਉਂਕਿ ਕੁਰਸੀ ਦਾ ਦਾਦਾ ਗੁਰੂ ਰਾਮਦਾਸ। ਪਿਆਰੋ, ਇੱਕ ਸੰਤ ਨਿਹਾਲ ਸਿੰਘ ਹੋਇਆ, ਉਹਨਾਂ ਦਾ ਇੱਕ ਸ਼ਰਧਾਲੂ ਸੀ, ਉਹ ਸਿਪਾਹੀ ਸੀ, ਸ਼ੇਰੇ ਪੰਜਾਬ ਦਾ ਸਮਝੋ ਬੋਡੀਗਾਰਡ ਟਾਈਪ ਸੀ। ਉਹ ਕਹਿੰਦਾ ਮੈਂ ਸ਼ਾਮ ਨੂੰ 12 ਵਜੇ ਲਾਹੌਰ ਸ਼ੇਰੇ ਪੰਜਾਬ ਨੂੰ ਰੋਂਦਿਆਂ ਬੈਠਿਆ, ਕਹਿੰਦਾ ਮੈਂ ਪਿੱਛੇ ਖਲੋਤਾ ਸਾਂ, ਉਹਦੇ ਉਹਨੂੰ ਸੀ ਕੋਈ ਕੋਲ ਨਹੀਂ, ਕਹਿੰਦਾ ਰੋ ਰਿਹਾ ਸੀ ਅਤੇ ਕਹਿ ਰਿਹਾ ਸੀ ਗੁਰੂ ਰਾਮਦਾਸ ਨਾਮ ਮੈਂ ਪੜ੍ਹਿਆ, ਨਾ ਮੇਰੀ ਸ਼ਕਲ ਨਾ ਰੂਪ, ਤੂੰ ਮੈਨੂੰ ਆਪਣੇ ਕੌਮ ਦੀ ਸੇਵਾ ਬਖਸ਼ੀ, ਕਿਰਪਾ ਕਰੀ ਮੇਰੇ ਤੋਂ ਕੋਈ ਕੋਤਾਹੀ ਨਾ ਹੋ ਜਾਵੇ। ਸੱਚ ਮੁੱਚ ਉਸ ਕੁਰਸੀ 'ਤੇ ਬਹਿੰਦਾ ਸੀ, ਉਹਦਾ ਮੂੰਹ ਅੰਮ੍ਰਿਤਸਰ ਵੱਲ ਹੋ ਜਾਂਦਾ ਸੀ। ਮੈਂ ਆਪ ਨੂੰ ਬੇਨਤੀ ਕਰਾਂ, ਗੁਰੂ ਕਹਿੰਦਾ ਜੇ ਤੈਨੂੰ ਰਾਜ ਭਾਰ ਵੀ ਹੈ, ਇਸ ਸੁੱਖ ਨਾਲ ਵੀ ਸਨੇਹ ਨਾ ਕਰੀ ਕਿ ਤੈਨੂੰ ਰੱਬ ਨਾ ਬੋਲੀ। ਸੁੱਖ ਸਨੇਹ ਜੋ ਨਾਲ ਦੁੱਖ ਮੈਂ ਦੁੱਖ ਨਹੀਂ ਮੰਨਿਆ, ਦੁੱਖ ਨੂੰ ਦੁੱਖ ਨਾ ਮੰਨਿਆ। ਸੁੱਖ ਸਨੇਹ ਸੁੱਖ ਨਾਲ ਮੋਹ ਨਾ ਕਰੇ, ਅਤੇ ਦੂਜੀ ਗੱਲ ਜਿਹੜਾ ਦੁੱਖ ਨੂੰ ਦੁੱਖ ਨਹੀਂ ਮੰਨੇਗਾ, ਸੁੱਖ ਨੂੰ ਮੋਹ ਨਹੀਂ ਕਰੇਗਾ, ਉਹਨੂੰ ਦੁਨੀਆਂ ਦਾ ਕੋਈ ਮਾਈ ਦਾ ਲਾਲ ਡਰਾ ਨਹੀਂ ਸਕਦਾ, ਉਹ ਨੜੇਰੇ ਨਹੀਂ ਹੋ। ਬੰਦਾ ਡਰਦਾ ਤਾਂ ਹੀ ਨਾ ਮੇਰੀ ਕੁਰਸੀ ਨਾ ਹੋ ਜਾਏ, ਮੈਨੂੰ ਕਿਤੇ ਇਨਕਮ ਟੈਕਸ ਵਾਲੇ ਨਾ ਲੈ ਜਾਣ। ਉਹ ਆਪਣੇ ਕਰਤਾਰ ਸਿੰਘ, ਗਿਆਨੀ ਕਰਤਾਰ ਸਿੰਘ ਹੋਇਆ, ਆਪਣੇ ਸਿੱਖ ਸਿਆਸਤ ਬੜਾ ਵੱਡਾ ਉਹਨਾਂ ਦਾ ਯੋਗਦਾਨ ਸੀ, ਉਹ ਮੰਤਰੀ ਬਣ ਗਿਆ, ਸਰਕਾਰ ਟੁੱਟ ਗਈ, ਉਹਨਾਂ ਕੋਠੀ ਨਹੀਂ ਛੱਡੀ। ਉਹਨਾਂ ਕਿਹਾ ਵੀ ਲਿਆਓ ਆਪਣੇ ਟਰੱਕ ਲਿਆਓ, ਦਾ ਸਮਾਨ ਬਾਹਰ ਕਰੀ। ਜਦੋਂ ਟਰੱਕ ਲੈ ਕੇ ਆਏ, ਉਹਨੇ ਇੱਕ ਚੋਲਾ ਸੀ ਪਜਾਮਾ, ਦੋ ਕਿਸ਼ਾ ਦੇ ਮੋਢੇ ਤੇ ਰੱਖ ਕੇ ਟਰੱਕ ਕਰਨ ਲਈ ਲਿਆਓ, ਮੇਰਾ ਤਾਂ ਅੰਦਰ ਕੋਈ ਹੈ ਹੀ ਨਹੀਂ। ਜਦੋਂ ਬੰਦਾ ਦੁੱਖ ਨੂੰ ਦੁੱਖ ਨਹੀਂ ਮੰਨੇਗਾ, ਸੁੱਖ ਨਾਲ ਮੋਹ ਨਹੀਂ ਕਰੇਗਾ, ਅਗਲੀ ਰਸਤਾ ਉਹ ਨਾਲ ਪੈ ਹੋਵੇਗਾ। ਲਾਲਚੀ ਬੰਦਾ ਸੁੱਖ 'ਚ ਜੁੜਿਆ ਅਗਲੀ ਨਾਲ ਪੈ ਨਹੀਂ ਹੋ ਸਕਦਾ। ਇੱਥੇ ਵੀ ਇਹ ਮਤ ਸਮਝੋ ਵੀ ਬੋਲਣ ਵਾਲੇ ਕੋਈ ਨਹੀਂ, ਬੋਲਣ ਵਾਲੇ ਸਾਰੇ ਪਏ ਆ, ਅੰਦਰ ਉਬਾਲੇ ਤਾਂ ਖਾਂਦੇ ਪਏ ਕਿਉਂਕਿ ਸੁੱਖ ਨਾਲ ਜੁੜਿਆ, ਵੀ ਸਾਡਾ ਕੰਮ ਕੋਈ ਨਹੀਂ ਖੋਣਾ। ਜੇ ਆਹ ਹੋ ਗਿਆ ਸਾਨੂੰ ਵਸਾ ਹੀ ਨਾ ਦੇਣ, ਅਤੇ ਹੁਣ ਹਰ ਚੀਜ਼ ਵਰਤੀ ਜਾ ਰਹੀ। ਅਤੇ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ, ਤੁਸੀਂ ਅਰਦਾਸ ਕਰੋ ਕਰਸਾਨ ਇੱਕ ਦਿਨ ਜਿੱਤ ਕੇ ਆ। ਅੱਜ ਮੈਂ ਸਵੇਰੇ ਕਿਹਾ, ਕਈ ਵਾਰੀ ਵਕਤੀ ਤੌਰ 'ਤੇ ਲੱਗਦਾ ਹਾਰਦੇ ਪਏ ਆ, ਪਰ ਇਤਿਹਾਸ ਉਹਨਾਂ ਨੂੰ ਚਿਤਾ ਕੇ ਭੇਜਦਾ। ਦੂਜੀ ਗੱਲ, ਚਮਕੌਰ ਤੋਂ ਇਹਦੇ ਸਾਹਮਣੇ ਹੈ, ਗੁਰੂ ਗੋਬਿੰਦ ਸਿੰਘ ਇਹ ਨਹੀਂ ਕਹਿ ਰਹੇ ਮੈਂ ਫਿਜ਼ੀਕਲ ਜਿੱਤ ਕੇ ਜਾਵਾਂਗਾ। ਗੁਰੂ ਗੋਬਿੰਦ ਸਿੰਘ ਕਹਿੰਦਾ ਫਿਜ਼ੀਕਲ ਤੌਰ 'ਤੇ ਵੱਡੇ ਵੀ ਗਏ, ਪਰ ਮੈਂ ਨਿਸ਼ਚੇ ਨਾਲ ਜਿੱਤ ਕੇ ਜਾਵਾਂ। ਨਿਸ਼ਚੈ ਕਰ ਆਪਣੀ ਜੀਤ, ਜਦੋਂ ਨਿਸ਼ਚੇ 'ਚ ਜੀਤ ਆ ਜਾਂਦਾ ਫਿਰ ਸਰਕਾਰਾਂ ਝੁੱਕ ਜਾਂਦੀਆਂ। ਇਹ ਬੜੀ ਵੱਡੀ ਸੈਂਤੀ ਹੈ।